ਆਜਾ ਫੁੱਫੜਾ ਤੂੰ ਜਮਾ ਨਾ ਕਰਾ ਅਸੀਂ ਤੇਰੇ ਨਾਲ ਆ ਫੁੱਫੜ ਜੀ ਤੁਹਾਨੂੰ ਡਰਨ ਦੀ ਕਿਹੜੀ ਗੱਲ ਹੈਗੀ ਜਦੋਂ ਅਸੀਂ ਦੋ ਬੰਦੇ ਤੁਹਾਡੇ ਨਾਲ ਖੜੇ ਹੈਗੀ ਤੂੰ ਬੈਠ ਇੱਥੇ ਬੈਠ ਫੁੱਫੜਾ ਓ ਰਾਮ ਹਾਂਜੀ ਤੂੰ ਫੁੱਫੜ ਵਾਸਤੇ ਪਾਣੀ ਦਾ ਗਲਾਸ ਲਿਆ ਭਰ ਕੇ ਹਾਂਜੀ ਆਉਂਦੀ ਹੈਗੀ ਜੀ ਫੁੱਫੜਾ ਨਾਲੇ ਗੱਲ ਸੁਣਦਾ ਸਰਪੰਚ ਨੇ ਥਾਣੇ 'ਚ ਫੋਨ ਕਰਤਾ ਓਏ ਆਹੋ ਭਾਈ ਆਪਣੀ ਹੁਣ ਖੈਰ ਮਦਦ ਤਾਂ ਕਰਨਗੇ ਉਹ ਆਪਾਂ ਫੁੱਫੜਾ ਨੰਬਰਦਾਰ ਨੂੰ ਨਾਲ ਲਿਜਾ ਕੇ ਥਾਣੇ 'ਚ ਆਪਾਂ ਆਪ ਚੱਲਦੇ ਹਾਂ ਠੀਕ ਹੈ ਜਿਵੇਂ ਮਰਜ਼ੀ ਭਾਈ ਤੁਹਾਡੀ ਹਾਂ ਥਾਣੇ ਜਾਣਾ ਹੀ ਪਊਗਾ ਆਪਾਂ ਆਪ ਰਿਪੋਰਟ ਲਿਖਾ ਕੇ ਆਵਾਂਗੇ ਠੀਕ ਹੈ ਉਹ ਡਾਕਟਰ ਦੇ ਬੱਚੇ ਨੇ ਸਭ ਕੁਝ ਸਿਖਾਉਣਾ ਉਹਨੂੰ ਤਾਂ ਜ਼ਰੂਰ ਸਿਖਾਉਣਾ ਪਊਗਾ ਬੜਾ ਦੁਖੀ ਕਰਿਆ ਉਹਨੇ ਮੈਨੂੰ ਲੈ ਫੁੱਫੜ ਜੀ ਪਾਣੀ ਪੀ ਲੈ ਠੀਕ ਹੈ ਨਾ ਗੱਲ ਹਾਂਜੀ ਹਾਂ ਆਪਾਂ ਥਾਣੇ ਆਪ ਚੱਲਣਾ ਨੰਬਰਦਾਰ ਨੂੰ ਘਰੋਂ ਮਿਲਾ ਲੈਂਦੀ ਹੈ ਆਪ ਵੀ ਰਿਪੋਰਟ ਲਿਖਾਏਗੇ ਲਿਖਾਓ ਕੁਪੜਾ ਆਪਣੇ ਹੱਡ ਵਿੱਚ ਦੱਸ ਵੇ ਜਨਾਬ ਮੇਰੇ ਨਾਲ ਧੋਖਾ ਹੋ ਰਿਹਾ ਜੀ ਉਹ ਡਾਕਟਰ ਕਮੀਨੇ ਨੇ ਜੀ ਮੇਰੇ ਘਰ ਵਾਲੀ ਨੂੰ ਗੁੰਮਰਾਹ ਕਰ ਲਿਆ ਜੀ ਕਮੀਨੇ ਡਾਕਟਰ ਨੂੰ ਕੁੱਟ ਕਟਾਪਾ ਕਰਕੇ ਜੀ ਸਜ਼ਾ ਦਵਾਓ ਮੈਨੂੰ ਇਨਸਾਫ ਦਵਾਓ ਜੀ ਠੀਕ ਆ ਬਜ਼ੁਰਗ ਰਿਪੋਰਟ ਥੋੜੀ ਲੈ ਲਈ ਅੱਛਾ ਜੀ ਬੜੀ ਮਿਹਰਬਾਨੀ ਤੁਸੀਂ ਚਲੋ ਤੇ ਅਸੀਂ ਆਉਂਦੇ ਹਾਂ ਚੰਗਾ ਜੀ ਕਮਾਲ ਕੀ ਬਾਤ ਹੋ ਗਈ ਘੜੀ ਵੀ ਖਰੇ ਬੂਰਾ ਆ ਅਭੀ ਤੱਕ ਗਾੜੀ ਆਈ ਕਿਉਂ ਨਹੀਂ ਬੂਆ ਕੌਣ ਸੀ ਬੂਆ ਹੋ ਗਈ ਕਬ ਆਏਗੀ ਗਾੜੀ ਆਉਂ ਹੁਣ ਪਾਇਆ ਪਰ ਲੱਗਦਾ ਹੈ ਜਹੀ ਹੈ ਜੀ ਬੂਆ ਬੁੜੀਆ ਦੇਖਣ ਦੇ ਮਾਰੇ ਬੇਕੂਫ ਡਾਕਟਰ ਟਾਂਡੇ ਬਣ ਮੈਂ ਡਾਕਟਰ ਟਾਂਡੇ ਬਣ ਮੈਨੂੰ ਬੀਬੋ ਪੂਰਾ ਪਤਾ ਨੀ ਲੱਗਿਆ ਤੈਨੂੰ ਮੈਂ ਉਹਦੀ ਨਿਸ਼ਾਨੀ ਦੱਸਦਾ ਨਿਸ਼ਾਨੀ ਦੱਸੋ ਨਾਲਾ ਲੌਂਕੜਾ ਹੁੰਦਾ ਉਹਦਾ ਨਾਲਾ ਕੀ ਓਏ ਨਾਲਾ ਕਹਿਣਾ ਹੈ ਨਾਲਾ ਹਾਂ 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 ਨਾਲਾ ਹਾਂ ਨਾਲਾ ਠੀਕ ਠੀਕ ਚੰਗਾ ਓਕੇ ਯਹੀ ਹੈ ਬੀਬੋ ਪੂਰਾ ਮਰ ਜਾਣਾ ਕੀ ਆ
ਤੂੰ ਬੀਬਾ ਭਾਵੇਂ ਮੈਂ ਕਿਹੜੀ ਬੀਬਾ ਭੂਗਾ ਬੀਬਾ ਭੂਆ ਦਾ ਹਾਂ ਨਾਲਾ ਲਮਕਦਾ ਬਣਿਆ ਨਾਲੇ ਲਮਕਦਾ ਨਾ ਹੋਰ ਹਾਂ ਮਰ ਜਾਣਿਆ ਕੀ ਹਾਂ ਨਾ ਤੇਰਾ ਤੇਰਾ ਹਾਂ ਮਤਲਬ ਕੀ ਮੈਨੂੰ ਬੋਲਣ ਦਾ ਹਾਂ ਹਟ ਜਾ ਤੂੰ ਚੱਲ ਕਿੰਨਾ ਹੋਰ ਮਾਰਾ ਪੜੇਗਾ ਹਾਂ ਕੀ ਇੱਕ ਦੇ ਜਾਣਾ ਹੋਰ ਮਾਰੇ ਹਾਂ ਚੱਲ ਜੀ ਤੇ ਡਾਕਟਰ ਟਾਂਡੇ ਪਾਣਾ ਬੋਨਾ ਜੀ ਉਹ ਅਸੀਂ ਕਿਹੜਾ ਦੇਖਿਆ ਉਹਨੂੰ ਉਹਦਾ ਕਲੀਨਿਕ ਦਾ ਇੱਧਰ ਆ ਜੀ ਅੱਛਾ ਉਹ ਆ ਹੁੰਦਾ ਜੀ ਇੱਧਰ ਆ ਗਿਆ ਡਾਕਟਰ ਟਾਂਡੇ ਪਾਣਾ ਉਰੇ ਆ ਓ ਆ ਜਨਾਬ ਹੁਣੀ ਆਏ ਨੇ ਭਾਵੇਂ ਤੂੰ ਆ ਡਾਕਟਰ ਟਾਂਡੇ ਪਾਣਾ ਹਾਂਜੀ ਤੇਰੇ ਖਿਲਾਫ ਕੰਪਲੇਂਟ ਆ ਮੈਂ ਕੀ ਕੀਤਾ ਜੀ ਚੱਲ ਦੱਸ ਦਿਆ ਤੈਨੂੰ ਕੀ ਕੀਤਾ ਕੀ ਕਿੰਨਾ ਸੋਹਣਾ ਘਰ ਆ ਤੇਰਾ ਕਿੰਨੀਆਂ ਲਾਈਟਾਂ ਲੱਗੀਆਂ ਪਈਆਂ ਨੇ ਇੱਥੇ ਮੈਂ ਲੈ ਲੈਣਾ ਬੀਬੋ ਤੇਰੇ ਵਾਸਤੇ ਪਾਣੀ ਹਾਂ ਪਾਣੀ ਆ ਕੰਮ ਚ ਜਾਤਾ ਭਾਈ ਲੈ
ਬੀਬੋ ਜੇ ਤੂੰ ਕਹੇ ਤਾਂ ਮੈਂ ਦੋ ਕੱਪ ਚਾਹ ਦੇ ਬਣਾ ਲਿਆ। ਦੋ ਕਿਉਂ, ਚਾਹੇ ਚਾਰ ਲਿਆ।